ਲੁਧਿਆਣਾ ਦੇ ਸੰਘਣੀ ਆਬਾਦੀ ਵਾਲੇ ਹਜ਼ੂਰੀ ਰੋਡ ਤੇ ਸਥਿਤ ਹੌਜ਼ਰੀ ਮਾਰਕੀਟ 'ਚ ਫੈਲੀਆਂ ਬਿਜਲੀ ਦੀਆਂ ਤਾਰਾਂ 'ਚ ਕਰੀਬ 20 ਮਿੰਟ ਸਪਾਰਕਿੰਗ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਜਿਸ ਜਗ੍ਹਾ ਇਹ ਸਪਾਰਕਿੰਗ ਹੋਈ ਉਸ ਦੇ ਹੇਠਾਂ ਦੁਕਾਨਾਂ 'ਚ ਹੌਜ਼ਰੀ ਦਾ ਕਾਫੀ ਸਟਾਕ ਜਮ੍ਹਾਂ ਸੀ, ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਮੇਰਾ ਨਾਮ ਰਜਿੰਦਰ ਬੱਤਰਾ ਜੀ। ਅੱਛਾ, ਕਿਹੜਾ ਬਾਜ਼ਾਰ ਹੈ ਜਿੱਥੇ ਸਪਾਰਕਿੰਗ? ਇਹ ਆਪਣਾ ਹਜ਼ੂਰੀ ਰੋਡ ਪੈਂਦਾ ਜੀ, ਅਤੇ ਮੇਰੀ ਦੁਕਾਨ ਵੀ ਜਿੱਥੇ ਸਪਾਰਕਿੰਗ ਹੋਈ ਸੀ ਬਿਲਕੁਲ ਉਹਦੇ ਸਾਹਮਣੇ ਹੈ ਜੀ। ਅਤੇ ਇਹ ਕੱਲ੍ਹ ਬਾਰਿਸ਼ ਦੀ ਵਜ੍ਹਾ ਦੇ ਨਾਲ ਇਹ ਪੂਰੀ 20 ਮਿੰਟ ਸਪਾਰਕਿੰਗ ਹੁੰਦੀ ਰਹੀ। ਮੇਰਾ ਖਿਆਲ ਆ ਮੈਂ ਆਪਣੀ ਲਾਈਫ ਦੇ ਵਿੱਚ ਇੰਨੀਆਂ ਚਿੰਗਾਰੀਆਂ ਜਾਂ ਇਹੋ ਜਿਹੀ ਅੱਗ ਮੈਂ ਨਹੀਂ ਦੇਖੀ ਹਾਲੇ ਤੱਕ। ਅੱਛਾ, ਕਿਸ ਤਰ੍ਹਾਂ ਸਥਿਤੀ ਪੈਦਾ ਹੋਈ ਜੋ ਸਪਾਰਕਿੰਗ ਹੋਈ? ਕਿੱਦਾਂ ਸਪਾਰਕਿੰਗ ਹੋਈ? ਇੱਥੇ ਜੀ ਵੂਲਨ ਦਾ ਕੰਮ ਹੈ, ਥੱਲੇ ਦੁਕਾਨਾਂ ਸੀਗੀਆਂ ਵੂਲਨ ਦੀਆਂ, ਕਾਫੀ ਭੱਜ ਦੌੜ ਮਚੀ ਗਈ। ਇਹ ਤਾਂ ਬਾਰਿਸ਼ ਸੀਗੀ ਤਾਂ ਕਰਕੇ ਲੋਕਾਂ ਨੇ ਬਚਾਅ ਹੋ ਗਿਆ, ਨਹੀਂ ਤਾਂ ਵੂਲਨ ਨੂੰ ਥੋੜ੍ਹਾ ਜਿਹਾ ਵੀ ਸੇਕਾ ਪੈ ਜਾਂਦਾ ਜਾਂ ਚਿੰਗਾਰੀ ਨਿਕਲਦੀ, ਤਾਂ ਇਹ ਮੇਰੇ ਖਿਆਲ ਆ ਬਹੁਤ ਵੱਡਾ ਕਾਂਡ ਹੋ ਸਕਦਾ। ਹਾਂਜੀ ਹਾਂਜੀ, ਬਹੁਤ ਕਾਲਾਂ ਕੀਤੀਆਂ ਜੀ, ਕਿਸੇ ਨੇ ਮੋਬਾਈਲ ਨਹੀਂ ਪਹਿਲਾਂ ਚੱਕਿਆ ਜੀ, ਬੜੀਆਂ ਕਾਲਾਂ ਕਰਦੇ ਰਹੇ। ਫਿਰ ਮੁੰਡੇ ਆਪ ਗਏ ਜੀ ਇੱਥੋਂ ਭੱਜ ਗਏ ਉੱਥੇ ਅਫਸਰ ਨੂੰ, ਇਹ 20 ਮਿੰਟ ਤੋਂ ਬਾਅਦ ਇਹਨਾਂ ਨੇ ਫਿਰ ਪਿੱਛੋਂ ਲਾਈਨ ਬੰਦ ਕੀਤੀ ਜੀ। ਬਲਰਾਜ ਖੰਨਾ, ਮੈਂ ਵੀ ਹਜ਼ੂਰੀ ਰੋਡ ਦਾ ਵਾਸੀ ਹਾਂ ਜੀ, ਮੇਰੀ ਵੀ ਦੁਕਾਨ ਹੈ ਇੱਥੇ। ਇੱਦਾਂ ਦੀ ਅੱਗ ਅਸੀਂ ਆਪਣੀ ਲਾਈਫ 'ਚ ਨਹੀਂ ਦੇਖੀ ਜੀ। ਅਸੀਂ ਇਹਨਾਂ ਨੂੰ ਘੱਟ ਤੋਂ ਘੱਟ 100 ਫੋਨ ਕੀਤਾ, 100 ਨੰਬਰ 'ਤੇ ਵੀ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਐਂਡ 'ਤੇ ਅਸੀਂ ਗਿਰਜਾ ਘਰ ਚੌਂਕ 'ਚ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਦੇ ਦਫ਼ਤਰ ਗਏ ਹਾਂ, ਉਹਨਾਂ ਨੂੰ ਜਾ ਕੇ ਕਿਹਾ, ਉੱਥੇ ਵੀ ਕੋਈ ਬੰਦਾ ਨਹੀਂ ਸੀ ਹੈਗਾ।